ਪੰਜਾਬ ਰੋਡਵੇਜ਼ ਦੀ BS6 ਮਾਡਲ ਦੀ ਵੋਲਵੋ ਬੱਸਾਂ ਦੇ ਉੱਤੇ 14 ਦਸੰਬਰ ਤੱਕ ਦਿੱਲੀ ਵਿੱਚ ਪ੍ਰਵੇਸ਼ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਜੇ ਕੋਈ ਦਿੱਲੀ ਬੱਸ ਲੈ ਕੇ ਜਾਏਗਾ ਤੇ ਉਸ ਨੂੰ 20,000 ਰੁਪਏ ਜੁਰਮਾਨਾ ਦੇਣਾ ਪਵੇਗਾ। ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਇਹ ਫੈਸਲਾ ਦਿੱਲੀ ਸਰਕਾਰ ਨੇ ਲਿੱਤਾ ਹੈ। NCR ਦੇ ਵਿੱਚ ਹੁਣ ਇਹਨਾਂ ਬੱਸਾਂ ਦੇ ਉੱਤੇ ਰੋਕ ਲੱਗਣ ਤੋਂ ਬਾਅਦ ਹੁਣ ਦਿੱਲੀ ਏਅਰਪੋਰਟ ਦੇ ਲਈ ਵੋਲਵੋ ਬੱਸ ਸੇਵਾ ਅਸਥਾਈ ਰੂਪ ਦੇ ਵਿੱਚ ਸਸਪੈਂਡ ਹੋ ਜਾਏਗੀ। ਇਸ ਸਸਪੈਂਸ਼ਨ ਦੇ ਕਾਰਨ ਕਈ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਸ ਤੌਰ ਤੇ ਉਨ੍ਹਾਂ ਯਾਤਰੀਆਂ ਨੂੰ ਜਿਹੜੇ ਏਅਰਪੋਰਟ ਲਈ ਜਾਂਦੇ ਨੇ ਤੇ ਆਰਾਮਦਾਇਕ ਤੇ ਸਿੱਧੇ ਮਾਰਗ ਨਾਲ ਉਹ ਵੋਲਵੋ ਬੱਸਾਂ ਤੇ ਨਿਰਭਰ ਨੇ। ਲੁਧਿਆਣਾ ਡਿਪੂ ਤੋਂ ਪੰਜਾਬ ਰੋਡਵੇਜ਼ ਦੇ ਮਹਾਂਪ੍ਰਬੰਧਕ ਨਵਰਾਜ ਬਾਤਿਸ਼ ਨੇ ਦੱਸਿਆ ਹੈ ਕਿ ਵੋਲਵੋ ਬੱਸ ਸੇਵਾਵਾਂ ਨੂੰ ਨਿਲੰਬਿਤ ਕਰਨ ਦਾ ਕਾਰਨ ਪੁਰਾਣੀ BS4 ਮਾਡਲ ਦੀ ਬੱਸ ਹੈ ਜੋ 14 ਦਸੰਬਰ ਤੱਕ ਦਿੱਲੀ ਦੇ ਵਿੱਚ ਨਹੀਂ ਜਾ ਸਕੇਗੀ। ਬਾਤਿਸ਼ ਨੇ ਕਿਹਾ ਕਿ ਇਸ ਮੁਅੱਤਲੀ ਦੇ ਨਾਲ ਹੀ ਡਿਪੂ ਨੂੰ ਹਰ ਦਿਨ 4.5 ਲੱਖ ਰੁਪਏ ਦੇ ਰੈਵਨਿਊ ਦਾ ਨੁਕਸਾਨ ਹੋਏਗਾ। ਲੁਧਿਆਣਾ ਡਿਪੂ ਇਸ ਰੂਟ ਦੇ ਉੱਤੇ 12 ਵੋਲਵੋ ਬੱਸਾਂ ਚਲਾਉਂਦਾ ਹੈ। ਪ੍ਰਤੀ ਦਿਨ 240 ਯਾਤਰੀਆਂ ਨੂੰ ਇਹ ਸੇਵਾ ਮਿਲਦੀ ਹੈ, ਲੇਕਿਨ ਹੁਣ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਰੋਡਵੇਜ਼ ਦੀ ਬਾਕੀ ਜਿਹੜੀਆਂ ਬੱਸਾਂ ਨੇ ਉਨ੍ਹਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ, ਉਹ ਰੋਜ਼ਾਨਾ ਦੀ ਤਰ੍ਹਾਂ ਚਲਦੀਆਂ ਰਹਿਣਗੀਆਂ। ਇਸ ਤੋਂ ਇਲਾਵਾ PRTC ਦੀ ਵੋਲਵੋ ਦੀਆਂ ਤੇ ਜਨਰਲ ਬੱਸਾਂ ਨੂੰ ਵੀ ਇਸ ਪਾਬੰਦੀ ਤੋਂ ਛੂਟ ਦਿੱਤੀ ਗਈ ਹੈ, ਕਿਉਂਕਿ ਕਿਲੋਮੀਟਰ ਯੋਜਨਾ ਦੇ ਤਹਿਤ ਨਵੀਂ BS6 ਬੱਸਾਂ ਸ਼ਾਮਿਲ ਕੀਤੀਆਂ ਗਈਆਂ ਨੇ। ਦਿੱਲੀ ਏਅਰਪੋਰਟ ਤੇ ਅਕਸਰ ਆਉਣ ਜਾਣ ਵਾਲੇ ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਇਹਨਾਂ ਦਾ ਕਹਿਣਾ ਹੈ ਕਿ ਜੇ ਤੁਰੰਤ ਫਲਾਈਟ ਫੜਨੀ ਹੋਏ ਤੇ ਬੱਸ ਸਟੈਂਡ ਪਹੁੰਚ ਕੇ ਇਹ ਬੱਸ ਫੜੀ ਜਾ ਸਕਦੀ ਹੈ, ਲੇਕਿਨ ਹੁਣ ਜਦੋਂ ਇਸ ਦੇ ਬਾਰੇ ਮੁਅੱਤਲੀ ਕਰ ਦਿੱਤੀ ਗਈ ਹੈ, ਹੁਣ ਉਨ੍ਹਾਂ ਨੂੰ ਹੋਰ ਵਿਕਲਪ ਤਲਾਸ਼ਣੇ ਪੈਣਗੇ। ਪੰਜਾਬ ਰੋਡਵੇਜ਼, ਪਨਬੱਸ, PRTC, ਕੰਟਰੈਕਟ ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੀ ਨੀਤੀ ਲਾਗੂ ਕਰਨ ਤੋਂ ਪਹਿਲੇ ਯਾਤਰੀਆਂ ਤੋਂ ਆਪਸ਼ਨਲ ਸਮਾਧਾਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਲੇਕਿਨ ਇਹ ਬੇਹੱਦ ਨਿਰਾਸ਼ਾਜਨਕ ਹੈ, ਖਾਸਕਰ ਜਦੋਂ ਕਿ ਦਿੱਲੀ ਤੇ ਪੰਜਾਬ ਦੋਨੋਂ ਥਾਵਾਂ ਦੇ ਉੱਤੇ ਇੱਕ ਹੀ ਪਾਰਟੀ ਦੀ ਸਰਕਾਰ ਹੈ।